ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪਿਛਲੇ ਦਿਨੀ ਪੰਜਾਬ ਵਿੱਚ ਹੋਈਆਂ ਪੰਚਾਇਤੀ ਚੋਣਾਂ ਤੋਂ ਬਾਅਦ ਅਕਾਲੀ ਵਰਕਰਾਂ ਨਾਲ ਸ੍ਰੀ ਮੁਕਤਸਰ ਸਾਹਿਬ ਦੇ ਗਿੱਦੜਬਾਹ ਵਿੱਚ ਵਰਕਰਾਂ ਨਾਲ ਮੀਟਿੰਗ ਕਰਨ ਪਹੁੰਚੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਬਾਦਲ ਨੇ ਕਾਂਗਰਸ ਸਰਕਾਰ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਪੰਚਾਇਤੀ ਚੋਣਾਂ ਵਿੱਚ ਉਨ੍ਹਾਂ ਨੇ ਆਪਣੀ ਮਨਮਾਨੀ ਕੀਤੀ ਹੈ। HS ਫੁਲਕਾ ਦੇ ਅਸਤੀਫੇ ਬਾਰੇ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗ ਚੁੱਕਿਆ ਆਮ ਆਦਮੀ ਪਾਰਟੀ ਅਤੇ ਕਾਂਗਰਸ ਆਪਸ ਵਿੱਚ ਰਲੀਆਂ ਹੋਈਆਂ ਨੇ, ਇਸੇ ਕਰਕੇ ਉਨ੍ਹਾਂ ਨੇ ਅਸਤੀਫਾ ਦਿੱਤਾ। ਤਰ੍ਹਾਂ ਦਾ ਮਾਹੌਲ ਜਿਹੜਾ ਹੈਗਾ ਵਰਕਰਸ 'ਚ ਵੇਖਣ ਨੂੰ ਮਿਲਿਆ ਹੈਗਾ? ਇੱਕ ਅੱਜ ਮੈਂ ਗਿੱਦੜਵੇ ਹਲਕੇ ਦੇ ਵਰਕਰਾਂ ਨਾਲ ਹੁਣੀ ਮੀਟਿੰਗ ਕੀਤੀ ਹੈ, 2-3 ਘੰਟੇ ਲਾਇਆ, ਸਾਰੇ ਵਰਕਰਾਂ ਨੂੰ ਮਿਲਿਆ। ਇੱਕ ਤਾਂ ਵਰਕਰਾਂ ਵਿੱਚ ਕਾਂਗਰਸ ਸਰਕਾਰ ਦੇ ਖਿਲਾਫ਼ ਬੜਾ ਗੁੱਸਾ ਹੈ। ਸਾਰੇ ਵਰਕਰਾਂ ਜਿਹੜੇ ਇਲੈਕਸ਼ਨ ਸਾਡੀ ਪਾਰਟੀ ਦੇ ਲੜ ਰਹੇ ਸੀ, ਉਹਨਾਂ ਦੇ ਕਾਗਜ਼ ਰੱਦ ਕਰ ਦਿੱਤੇ ਜਾਂ ਉਹਨਾਂ 'ਤੇ ਝੂਠੇ ਪਰਚੇ ਕਰ ਦਿੱਤੇ। ਜਿਹੜੇ ਨੋਮੀਨੇਸ਼ਨ ਦਿੱਤੇ ਸੀ ਉਹਨਾਂ ਦੀ ਰਿਜ਼ਲਟ ਡਿਕਲੇਅਰ ਕਰ ਦਿੱਤੇ ਬਗੈਰ ਕਾਊਂਟਿੰਗ 'ਤੇ। ਡੈਮੋਕ੍ਰੇਸੀ ਦਾ ਘਾਣ ਕੀਤਾ, ਲੋਕਾਂ 'ਚ ਬੜਾ ਗੁੱਸਾ ਹੈ ਅਤੇ ਜੋਸ਼ ਵੀ ਹੈ ਹੁਣ ਕਾਂਗਰਸ ਨੂੰ ਹਰਾਉਣ ਦਾ ਪਾਰਲੀਮੈਂਟ ਵਿੱਚ। ਐਸੇ ਫੁਲਕੇ ਦਾ ਅਸਤੀਫਾ ਮੈਂ ਕਹਿਣਾ ਚਾਹੁੰਦਾ ਕਿ ਉਹਨੂੰ ਅਸਲੀਅਤ ਆਮ ਆਦਮੀ ਪਾਰਟੀ ਦੀ ਪਤਾ ਲੱਗ ਗਈ ਹੈ। ਆਮ ਆਦਮੀ ਪਾਰਟੀ ਅਤੇ ਕਾਂਗਰਸ ਇੱਕੋ ਹੀ ਹੈ, ਉਹ ਸਾਰੇ ਕੌਮ ਦੇ ਦੁਸ਼ਮਣ ਹੈ, ਸਾਲੇ ਰਲੇ ਹੈ। ਆ ਸਾਰੇ ਜਿਨ੍ਹਾਂ ਨੇ ਆਪਣੇ ਸਿੱਖ ਕੌਮ 'ਤੇ ਹਮਲਾ ਕੀਤਾ ਉਹਨਾਂ ਨੇ ਇਕੱਠੇ ਮਿਲੇ ਹੈ। ਸ੍ਰੀ ਮੁਕਤਸਰ ਸਾਹਿਬ ਤੋਂ ਸੋਨੂੰ ਖੇੜਾ ਦੀ ਰਿਪੋਰਟ, ATV ਨਿਊਜ਼। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ 'ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈੱਲ ਆਈਕਨ ਜ਼ਰੂਰ ਦਬਾਓ।